ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਨੇ, ਜਿਸ ਦੇ ਤਹਿਤ ਸਿੱਖਿਆ ਦੇ ਖੇਤਰ ਦੇ ਵਿੱਚ ਹੋਰ ਵੀ ਸੁਧਾਰ ਲਿਆਂਦਾ ਜਾ ਸਕੇ। ਅਤੇ ਹੁਣ ਇਸੇ ਹੀ ਮਕਸਦ ਨੂੰ ਪੂਰਾ ਕਰਨ ਦੇ ਲਈ ਨਾਭਾ ਬਲਾਕ ਦੇ ਪਿੰਡ ਕਨਸੂਹਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਦਾਖਲਾ ਆਗਾਜ਼ ਅਤੇ ਬਾਲ ਪ੍ਰਤਿਭਾ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਸਿੰਘ ਨੇ ਮੁੱਖ ਮਹਿਮਾਨ ਦੇ ਵਜੋਂ ਹਾਜ਼ਰੀ ਲਗਵਾਈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਮਿਆਰ ਹੋਰ ਵੀ ਉੱਚਾ ਚੁੱਕਿਆ ਜਾ ਸਕੇ ਅਤੇ ਸਰਕਾਰੀ ਟੈਸਟਾਂ ਦੀ ਤਿਆਰੀ ਵੀ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਹੀ ਕਰਵਾਈ ਜਾਵੇ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਰਹੇ ਅਤੇ ਕਈ ਵਾਰ ਤਾਂ ਸਰਕਾਰੀ ਸਕੂਲਾਂ ਦੇ ਸਮਾਗਮ ਕਰਾਉਣ ਦੇ ਵਿੱਚ ਅਧਿਆਪਕ ਆਪਣੇ ਕੋਲੋਂ ਖਰਚਾ ਕਰਕੇ ਵੀ ਸਹਿਯੋਗ ਪਾਉਂਦੇ ਨੇ। ਪੰਜਾਬ ਦੇ ਵਿੱਚ ਸਰਕਾਰ ਵੱਲੋਂ ਦਾਖਲਾ ਆਗਾਜ਼ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਜਿਹੜੀ ਆਗਾਜ਼ ਹੈ ਉਹ DC ਦਫ਼ਤਰ ਦੇ ਵਿੱਚੋਂ ADC ਗੁਰਪ੍ਰੀਤ ਸਿੰਘ ਸਿੰਧੀ ਜੀ ਨੇ ਕੀਤਾ ਅਤੇ ਇਸੇ ਕੜੀ ਦੇ ਵਿੱਚ ਅੱਜ ਇੱਥੇ ਕਨਸੂਹਾ ਕਲਾਂ ਦੇ ਵਿੱਚ ਪਹੁੰਚੇ ਹਾਂ ਵੀ ਤਾਂ ਕਿ ਲੋਕਾਂ ਨੂੰ ਅਸੀਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕਰ ਸਕੀਏ। ਕਿਹੜੀਆਂ ਸਹੂਲਤਾਂ ਪ੍ਰੋਵਾਈਡ ਕਰਾਈਆਂ ਜਾ ਰਹੀਆਂ ਸਰਕਾਰ? ਹੁਣ ਨਵੇਂ ਜਿਹੜੇ ਸਰਕਾਰ ਹੈਗੇ ਆ ਇਹਨਾਂ ਨੇ ਸਕੂਲ ਆਫ ਐਮੀਨੇਸ਼ਨ ਸ਼ੁਰੂ ਕੀਤੇ ਨੇ, ਇਹਦੇ ਵਿੱਚ 117 ਸਕੂਲ ਸਾਰੇ ਪੰਜਾਬ ਦੇ ਵਿੱਚ। ਆਪਣੇ ਜ਼ਿਲ੍ਹੇ ਨੂੰ ਇਹ ਮਾਣ ਹੈ ਕਿ ਸਭ ਤੋਂ ਵੱਧ ਜਿਹੜੇ ਸਕੂਲ ਨੇ ਉਹ ਸਾਡੇ ਜ਼ਿਲ੍ਹੇ ਦੇ ਵਿੱਚ 8 ਸਕੂਲ ਨੇ ਅਤੇ ਇਹਨੇ ਇਹਦੇ ਵਿੱਚ 9ਵੀਂ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਹੋਊਗੀ ਪਹਿਲਾਂ ਤਾਂ। ਅਤੇ ਉਹਦੇ ਵਿੱਚ ਇਹ ਹੈ ਵੀ ਜਿੰਨੇ ਵੀ ਆਧੁਨਿਕ ਪੜ੍ਹਾਈਆਂ ਨੇ ਇੱਕੋ ਥਾਂ 'ਤੇ ਇਕੱਠੀਆਂ ਹੋਣਗੀਆਂ, ਬੱਚਿਆਂ ਨੂੰ ਟੈਸਟਾਂ ਦੀ ਤਿਆਰੀ ਵੀ ਕਰਵਾਈ ਜਾਊਗੀ ਅਤੇ ਬੱਚਿਆਂ ਨੂੰ ਅੱਗੇ ਜੋਬ ਵਾਸਤੇ ਵੀ ਅੱਗੇ ਗਾਈਡ ਕੀਤਾ ਜਾਊਗਾ। ਇਸ ਤੋਂ ਇਲਾਵਾ ਹੋਰ ਕੀ ਵਿਜ਼ਨ ਆ ਸਰਕਾਰ ਦਾ ਜਾਂ ਸਿੱਖਿਆ ਵਿਭਾਗ ਵੱਲੋਂ? ਫੈਸਿਲਿਟੀਆਂ ਦੇਖੋ ਸਾਰੀਆਂ, ਜਿਵੇਂ ਇਹਨਾਂ ਨੇ ਪਹਿਲੀ ਵਾਰੀ ਸਾਡੇ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਜਾਂ LKG ਸ਼ੁਰੂ ਹੋਈ ਹੈ ਅਤੇ ਪਹਿਲੀ ਵਾਰੀ ਇਹਨਾਂ ਨੇ ਇਸ ਸਰਕਾਰ ਨੇ ਆ ਕੇ ਉਪਰਾਲਾ ਕੀਤਾ ਕਿ ਉਹਨਾਂ ਨੂੰ ਵਰਦੀ ਪਹਿਲਾਂ ਦਿੱਤੀ ਹੈ। ਪਹਿਲੀਆਂ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਸੀ, ਵਰਦੀ ਜਿਹੜੀ ਪਹਿਲਾਂ ਪਹਿਲੀ ਤੋਂ ਲੈ ਕੇ 5ਵੀਂ 8ਵੀਂ ਤੱਕ ਤਾਂ ਮਿਲਦੇ ਸੀ, ਪਰੰਤੂ ਇਹ ਹੇਠਲੀਆਂ ਕਲਾਸਾਂ ਨੂੰ ਨਹੀਂ ਸੀ ਮਿਲਦੀ। ਇਹਨਾਂ ਦਾ ਪਹਿਲਾਂ ਤਾਂ ਉਪਰਾਲਾ ਹੀ ਆ, ਜਿਹਦੇ ਨਾਲ ਇਹ ਹੈ ਵੀ ਬੱਚਿਆਂ ਦਾ ਜਿਹੜਾ ਇੱਕ ਰੁਝਾਨ ਇੱਧਰ ਵਧੂਗਾ, ਕਿਉਂਕਿ ਜਿਹੜੇ ਸਰਕਾਰੀ ਸਕੂਲਾਂ ਦੇ ਜਿਹੜੇ ਖਰਚੇ ਬਹੁਤ ਜ਼ਿਆਦਾ ਨੇ ਅਤੇ ਉਹਨਾਂ ਖਰਚਿਆਂ ਨੂੰ ਘੱਟ ਕਰਨ ਵਾਸਤੇ ਸਰਕਾਰ ਨੇ ਇਹ ਸਹੂਲਤਾਂ ਦਿੱਤੀਆਂ। ਇਹਦੇ ਨਾਲ ਜਿਹੜਾ ਇੱਕ ਨਵਾਂ ਸਿਸਟਮ ਆ ਵੀ ਅਸੀਂ ਈ ਕੰਟੈਂਟ ਨਾਲ ਪੜ੍ਹਾਈ ਕਰਾਉਂਦੇ ਹਾਂ। ਸਾਡੇ ਵਿਭਾਗ ਵੱਲੋਂ ਇੱਕ ਐਜੂਕੇਅਰ ਨਾਂ ਦੀ ਐਪ ਤਿਆਰ ਕੀਤੀ ਗਈ, ਉਸ ਐਪ ਦੇ ਵਿੱਚ ਪਹਿਲੀ ਤੋਂ ਲੈ ਕੇ 12ਵੀਂ ਤੱਕ ਦਾ ਜਿਹੜਾ ਸਾਰਾ ਸਿਲੇਬਸ ਪਿਆ, ਬੱਚਾ ਜਿਹੜਾ ਉੱਥੋਂ ਜੇ ਬੱਚੇ ਮਤਲਬ ਅਵੇਅਰ ਨੇ, ਮਾਂ ਬਾਪ ਅਵੇਅਰ ਨੇ, ਤਾਂ ਉਹਨੂੰ ਦੇਖ ਕੇ ਉੱਥੋਂ ਉਹਨੂੰ ਮਤਲਬ ਉੱਥੋਂ ਬੱਚੇ ਨੂੰ ਪੜ੍ਹਾ ਸਕਦੇ ਨੇ। ਇਦੋਂ ਇਲਾਵਾ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਪ੍ਰੋਜੈਕਟਰਾਂ ਦੇ ਰਾਹੀਂ ਹੁਣ ਪੜ੍ਹਾਈ ਕਰਾਈ ਜਾ ਰਹੀ ਹੈ। ਲਗਭਗ ਸਾਰੇ ਜਿਹੜੇ ਪ੍ਰਾਇਮਰੀ ਸਕੂਲ ਨੇ ਸਾਡੇ ਆਪਣੇ ਜ਼ਿਲ੍ਹੇ ਦੇ ਵਿੱਚ 940 ਪ੍ਰਾਇਮਰੀ ਸਕੂਲ ਨੇ, ਕੋਈ ਵੀ ਸਕੂਲ ਇਸ ਤਰ੍ਹਾਂ ਦਾ ਨਹੀਂ ਜਿੱਥੇ LED ਜਾਂ ਪ੍ਰੋਜੈਕਟਰ ਨਾ ਹੋਵੇ। ਸਾਰੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ। ਦੇਖੋ ਕਾਫੀ ਫਰਕ ਪੈਂਦਾ ਬਹੁਤ, ਸਾਡੇ ਕੋਲ ਪਿਛਲੇ ਸਾਲ ਜਿਹੜਾ 91,000 ਬੱਚਾ ਸੀਗਾ ਪ੍ਰਾਇਮਰੀ ਦੇ ਵਿੱਚ ਹਾਜ਼ਰ ਦਾਖਲ ਹੋਇਆ ਅਤੇ ਕਾਫੀ ਵੱਡਾ ਕੱਟ ਜਿਹੜਾ ਹੈਗਾ ਪ੍ਰਾਈਵੇਟ ਸਕੂਲਾਂ 'ਚੋਂ ਲੱਗ ਕੇ ਇੱਧਰ ਆਇਆ ਹੋਇਆ। ਲੋਕਾਂ ਦਾ ਇੱਕ ਵੈਸੇ ਰੁਝਾਨ ਬਣਿਆ ਹੋਇਆ, ਅਸੀਂ ਉਸ ਰੁਝਾਨ ਨੂੰ ਖਤਮ ਕਰਨਾ ਚਾਹੁੰਦੇ ਹਾਂ। ਅਸੀਂ ਇਹ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ, ਸਾਰੇ ਆਮ ਜਾਂ ਆਮ ਖਾਸ ਨੂੰ, ਵੀ ਸਾਡੇ ਸਕੂਲਾਂ ਦੀ ਇੱਕ ਵਾਰੀ ਵਿਜਿਟ ਕਰਨ ਆ ਕੇ। ਅਸੀਂ ਪਿਛਲੇ ਸਾਲ ਇੱਕ ਸਕੂਲ ਦਰਸ਼ਨ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਸੀ ਵੀ ਮਾਂ ਬਾਪ ਨੂੰ ਜਾਂ ਜਿਹੜੇ ਬੱਚੇ ਪੇਰੈਂਟਸ ਨਹੀਂ ਮਤਲਬ ਸਾਡੇ ਕੋਲ ਪੜ੍ਹਾਉਂਦੇ ਉਹਨਾਂ ਤੋਂ ਇਲਾਵਾ ਉਹਨਾਂ ਨੂੰ ਅਸੀਂ ਇਹ ਪ੍ਰੋਗਰਾਮ ਬਣਾਇਆ ਸੀ ਵੀ ਸਾਡੇ ਸਕੂਲਾਂ ਦੇ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਇੱਕ ਵਾਰੀ ਮੁਆਇਨਾ ਜ਼ਰੂਰ ਕਰਨ, ਉਸ ਤੋਂ ਬਾਅਦ ਸਾਡੇ ਸਕੂਲਾਂ ਬਾਰੇ ਜੋ ਉਹਨਾਂ ਦੇ ਵਿਚਾਰ ਆ ਉਹ ਬਣਾ ਕੇ ਸਾਡੇ ਬੱਚੇ ਆਪਦੇ ਬੱਚੇ ਨੇ ਜਿਹੜੇ ਸਾਡੇ ਕੋਲ ਦਾਖਲ ਕਰਾਉਣ। ਇਹ ਦੇਖੋ ਵਧੀਆ ਰੁਝਾਨ ਹੈ, ਕਿਉਂਕਿ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਖਰਚਾ ਘੱਟ ਹੈ,
ਪੜ੍ਹਾਈ ਜਿਹੜੀ ਹੈਗੀ ਆ ਉਹ ਸਾਡੇ ਬਿਹਤਰ ਆ। ਬਿਹਤਰ ਦਾ ਮਤਲਬ ਵੀ ਸਰਕਾਰ ਨੇ ਜਿਹੜਾ ਸਿਲੇਬਸ ਦਿੱਤਾ ਉਹ ਸਾਨੂੰ ਵੰਡ ਕੇ ਦਿੱਤਾ ਹੋਇਆ, ਸਿਲੇਬਸ ਦੇ ਮੁਤਾਬਕ ਹੀ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਇਸ ਤੋਂ ਇਲਾਵਾ ਅਸੀਂ ਸਰਕਾਰ ਨੇ ਬੱਚਿਆਂ ਨੂੰ ਬਾਹਰ ਘੁੰਮਣ ਫਿਰਨ ਵਾਸਤੇ, ਉਹਨਾਂ ਦੀ ਪਰਸਨੈਲਿਟੀ ਡਿਵੈਲਪ ਕਰਨ ਵਾਸਤੇ ਸਕੂਲਾਂ ਤੋਂ ਬੱਚਿਆਂ ਨੂੰ ਵਿਜਿਟ ਕਰਾਉਣ ਦਾ ਵੀ ਪ੍ਰੋਗਰਾਮ ਬਣਾਇਆ ਹੋਇਆ, ਅਤੇ ਬੱਚੇ ਮਤਲਬ ਮਾਂ ਬਾਪ ਦੇ ਆਗਿਆ ਦੇ ਨਾਲ ਬੱਚਿਆਂ ਨੂੰ ਅਸੀਂ ਵਿਜਿਟ ਵੀ ਕਰਾਉਣੇ ਆ। ਨਿਰਮਾਣ ਬਾਰੇ ਕੀ ਕਹਿਣਾ ਚਾਹੋਗੇ? ਇਹਨਾਂ ਦੇ ਕਾਰਗੁਜ਼ਾਰੀ ਦੇਖੋ, ਇਹ ਪਹਿਲਾਂ ਲਚਕਾਣੇ ਸੀਗੇ, ਉਸ ਤੋਂ ਪਹਿਲਾਂ ਜੋ ਟੀਚਰ ਸੀ ਉਦੋਂ ਵੀ ਇਹ ਬਹੁਤ ਬਿਹਤਰ ਅਧਿਆਪਕ ਨੇ, HT ਨੇ, ਅਤੇ ਇਹਨਾਂ ਨੂੰ ਇਹਨਾਂ ਦੀ ਬਿਹਤਰ ਸੇਵਾਵਾਂ ਦੇ ਬਦਲੇ ਪਿਛਲੇ ਇਸ ਸਾਲ ਸਰਕਾਰ ਨੇ ਇਹਨਾਂ ਨੂੰ ਸਟੇਟ ਅਵਾਰਡ ਵੀ ਦਿੱਤਾ ਹੋਇਆ। ਕੋਈ ਪ੍ਰਾਈਵੇਟ ਸਕੂਲ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਜਿਹੜਾ ਇਹਦਾ ਖਰਚਾ ਪ੍ਰੋਗਰਾਮ ਦਾ ਉਹ ਮਾਂ ਬਾਪ ਨਾਲ ਲੈਂਦਾ ਹੋਵੇ। ਸਾਡੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਅਸੀਂ ਅਧਿਆਪਕ ਕੋਲੋਂ ਬੇਸ਼ੱਕ ਲੱਗਦੇ ਪਰ ਮਾਂ ਬਾਪ ਨੂੰ ਨਹੀਂ ਕਹਿੰਦੇ। ਹੁਣ ਬੱਚੇ ਮੈਂ ਦੇਖੇ ਰਿਹਾ, ਤੁਸੀਂ ਦੇਖਿਆ ਵਰਦੀ ਭੰਗੜੇ ਦੀ ਪਾਈ ਖੜ੍ਹੇ ਸੀਗੇ, ਇਹ ਕੋਈ ਵਰਦੀ ਕੋਈ ਸੌਖ ਮਤਲਬ ਕਿ ਸਸਤੀ ਨਹੀਂ ਹੈਗੀ, ਕਿਰਾਏ ਵੀ ਕੋਈ ਇਹਦਾ ਘੱਟ ਨਹੀਂ ਹੁੰਦਾ। ਇਹ ਅਸੀਂ ਆਪਦੇ ਕੋਲੋਂ ਜਾਂ ਸਾਡੇ ਕੋਲ ਜਿਹੜੇ ਸਕੂਲਾਂ 'ਚ ਫੰਡ ਮਿਲਦੇ ਨੇ ਉਹਨਾਂ ਦੇ ਵਿੱਚੋਂ ਪ੍ਰੋਵਾਈਡ ਕਰਾਉਂਦੇ ਹਾਂ। ਜੇ ਫੰਡ ਘੱਟ ਜਾਂਦੇ ਨੇ ਤਾਂ ਟੀਚਰ ਆਪਦੇ ਕੋਲੋਂ ਕਰਾਉਂਦੇ ਨੇ, ਮਾਂ ਬਾਪ 'ਤੇ ਇਸ ਤਰ੍ਹਾਂ ਦਾ ਕੋਈ ਬੋਝ ਨਹੀਂ ਪਾਉਂਦੇ। ਸਰ, ਇਹ ਅਸੀਂ ਪਿੰਡ ਦੇ ਲੋਕਾਂ ਨੂੰ ਜਾਂ ਸਮਾਜ ਨੂੰ ਦਿਖਾਉਣਾ ਚਾਹੁੰਦੇ ਹਾਂ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਇਹ ਕਿਸੇ ਨਾਲੋਂ ਘੱਟ ਨਹੀਂ ਹੈਗਾ। ਵੀ ਇੱਕ ਵਾਰ ਤੁਸੀਂ ਸਾਡੇ ਕੋਲ ਬੱਚੇ ਦਾਖਲ ਕਰਵਾ ਕੇ ਦੇਖੋ, ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲੋਂ ਵਧੀਆ ਪਰਫੋਰਮੈਂਸ ਕਰ ਰਹੇ ਨੇ, ਅਤੇ ਇਹ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਪਿੰਡ ਵਿੱਚ ਵੀ ਵੱਧ ਤੋਂ ਵੱਧ ਬੱਚੇ ਆਪਣੇ ਸਕੂਲ ਵਿੱਚ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਓ। ਇਹ ਖਰਚਾ ਟੀਚਰ ਆਪਣੇ ਪੱਖੋਂ ਪੱਲਿਓਂ ਅਤੇ ਨਾਲ ਪਿੰਡ ਵਿੱਚੋਂ ਜੋ ਦਾਨੀ ਸੱਜਣ ਨੇ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ, ਅਤੇ ਇਹ ਸਾਰਾ ਅਸੀਂ ਰਲ ਮਿਲ ਕੇ ਬੱਚਿਆਂ ਲਈ ਕਰਦੇ ਨੇ। ਸਰ, ਹੁਣ ਜਿਹੜੀਆਂ ਸਹੂਲਤਾਂ ਪਹਿਲਾਂ ਪ੍ਰਾਈਵੇਟ ਸਕੂਲਾਂ ਸੀਗੀਆਂ ਉਹ ਹੁਣ ਸਾਰੀਆਂ ਸਰਕਾਰੀ ਸਕੂਲਾਂ ਵਿੱਚ ਆ ਗਈਆਂ, ਜਿਵੇਂ ਪ੍ਰੋਜੈਕਟਰ ਹੋ ਗਏ, LED ਹੋ ਗਈ, ਆਈ ਸਕੂਲਾ ਹੋ ਗਿਆ, ਐਜੂਕਰ ਐਪ ਹੋ ਗਈ, ਲਿਸਨਿੰਗ ਲੈਬ ਹੋ ਗਈ ਜੀ, ਅਤੇ ਇੱਥੋਂ ਤੱਕ ਕਿ ਸਾਡੇ ਸਕੂਲ ਵਿੱਚ AC ਦੀ ਸੁਵਿਧਾ ਵੀ ਪ੍ਰੋਵਾਈਡ ਹੈ। ਹੁਣ ਸਾਡੇ ਕੋਲ 75 ਬੱਚੇ ਜੀ ਇਸ ਟਾਈਮ ਪੜ੍ਹ ਰਹੇ ਨੇ, ਜਿਹਨਾਂ ਵਿੱਚੋਂ 10 ਤੋਂ 15 ਬੱਚੇ ਸਾਡੇ ਪ੍ਰਾਈਵੇਟ ਸਕੂਲ 'ਚੋਂ ਹਟ ਕੇ ਆਏ ਨੇ। ਸਰਕਾਰ ਸਿੱਖਿਆ ਦੇ ਖੇਤਰ 'ਚ ਬਹੁਤ ਵੱਡੀਆਂ ਤਬਦੀਲੀਆਂ ਕਰਨ ਦੇ ਵਿਜ਼ਨ ਨਾਲ ਸੋਚ ਰਹੀ ਹੈ। ਬਹੁਤ ਸਾਰੀਆਂ ਤਬਦੀਲੀਆਂ ਅਸੀਂ ਹੁਣੀ ਦੇਖ ਰਹੇ ਹਾਂ। ਹੁਣੀ ਸਰਕਾਰ ਨੇ 1700 ਕਮਰਾ ਨਵਾਂ ਸਕੂਲਾਂ 'ਚ ਬਣਾਉਣ ਲਈ ਗ੍ਰਾਂਟ ਜਾਰੀ ਕੀਤੀ ਹੈ, ਉਹ ਕੰਮ ਚੱਲ ਰਿਹਾ। ਉਹਦੇ ਨਾਲ ਹੀ ਐਮੀਨੈਂਸ ਆਫ ਸਕੂਲ ਜਿਹੜਾ ਇੱਕ ਕੰਸੈਪਟ ਆ ਕਿ ਇੱਕ ਥਾਂ 'ਤੇ ਸਾਰੇ ਵੱਖ ਵੱਖ ਜਿਹੜੀਆਂ ਟ੍ਰੇਡਾਂ ਨੇ, ਬੱਚਾ ਜੋ ਵੀ ਕੁਛ ਪੜ੍ਹਨਾ ਚਾਹੁੰਦਾ ਉਹ ਐਮੀਨੈਂਸ ਆਫ ਸਕੂਲ ਦਾ ਜਿਹੜਾ ਕੰਸੈਪਟ ਸਰਕਾਰ ਨੇ ਸ਼ੁਰੂ ਕਰ ਦਿੱਤਾ। ਅਤੇ ਇਹਦੇ ਨਾਲ ਹੀ ਇੱਕ ਜਿਹੜਾ ਪ੍ਰੀ ਪ੍ਰਾਇਮਰੀ ਲੰਮੇ ਚਿਰ ਤੋਂ ਕਈ ਸਰਕਾਰਾਂ ਵੀ ਬਦਲੀਆਂ, ਇੱਕ ਡਿਮਾਂਡ ਇਹ ਸੀ ਕਿ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਲਈ ਵਰਦੀ ਦਾ ਹਰ ਵਾਰ ਸਾਡੇ ਲਈ ਇਸ਼ੂ ਬਣਦਾ ਸੀ, ਉਹ ਸਰਕਾਰ ਨੇ ਆਉਂਦੀ ਜਿਹੜਾ ਉਹ ਹੱਲ ਕੀਤਾ, ਸਾਰੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਲਈ ਵਰਦੀਆਂ ਦਾ ਜਿਹੜਾ ਗਰਾਂਟਾਂ ਜਾਰੀ ਕਰਤੀਆਂ, ਵਰਦੀਆਂ ਪੈ ਚੁੱਕੀਆਂ ਨੇ। ਅਤੇ ਨਾਲ ਹੀ ਜੇ ਪ੍ਰੀ ਪ੍ਰਾਇਮਰੀ ਦਾ ਮਤਲਬ ਜਿਹੜੇ ਛੋਟੇ ਬੱਚੇ ਨੇ 3 ਸਾਲ ਤੋਂ, ਅਤੇ ਨਾਲ ਹੀ ਉਹਨਾਂ ਲਈ ਬਕਾਇਦਾ ਤੌਰ 'ਤੇ ਜਿਹੜੀ ਕਿੱਟ, ਬੈਗ, ਹੋਰ ਬਹੁਤ ਸਾਰੀਆਂ ਗਰਾਂਟਾਂ ਜਿਹੜੀਆਂ ਹੁਣ ਆਈਆਂ ਨੇ, ਅਤੇ ਸਰਕਾਰ ਉਸ ਪੱਧਰ 'ਤੇ ਕਾਫੀ ਜ਼ਿਆਦਾ ਜਿਹੜੀ ਯਤਨ ਕਰ ਰਹੀ ਹੈ। ਅਤੇ ਮੇਰੇ 2 ਬੱਚੇ ਪੜ੍ਹਦੇ ਜੀ ਇੱਥੇ, ਪਹਿਲਾਂ ਮੇਰਾ ਬੇਟਾ ਅਰਗੁਣ ਤਾਂ ਜਿਹੜਾ ਜੀ ਪ੍ਰਾਈਵੇਟ ਸਕੂਲ 'ਚ ਪੜ੍ਹਦਾ ਤਾ ਜੀ, ਅਤੇ ਉੱਥੇ ਸਾਨੂੰ ਮਤਲਬ ਕਿ ਫੀਸ ਵਗੈਰਾ ਸਾਰਾ ਡਰੈਸਿਸ ਵਗੈਰਾ ਦਾ ਖਰਚਾ ਬਹੁਤ ਸੀਗਾ ਜੀ। ਜਿਸ ਦਿਨ ਦੇ ਅਸੀਂ ਇੱਥੇ ਲਾਏ ਹਾਂ ਸਕੂਲ ਵਿੱਚ, ਸਰਕਾਰੀ 'ਚ ਜੀ ਸਾਰੀ ਸਹੂਲਤ ਮਿਲ ਰਹੀ ਹੈ ਜੀ ਬੱਚਿਆਂ ਨੂੰ, ਅਤੇ ਕਾਪੀਆਂ ਕਿਤਾਬਾਂ ਡਰੈਸਿਸ ਸਾਰਾ ਫ੍ਰੀ ਮਿਲ ਰਹੀਆਂ ਨੇ ਜੀ। ਜਿਹੜੀਆਂ ਪ੍ਰਾਈਵੇਟ ਸਕੂਲ ਵਿੱਚ ਸਹੂਲਤ ਸੀਗੀ ਸਾਰੀਆਂ ਸਰਕਾਰੀ ਸਕੂਲਾਂ ਵਿੱਚ ਨੇ ਜੀ ਹੁਣ ਆ ਗਈਆਂ। ਜਿਵੇਂ ਫੰਕਸ਼ਨ ਆਈ, ਇਹ ਉਪਰਾਲਾ ਬਹੁਤ ਵਧੀਆ ਜੀ ਟੀਚਰਾਂ ਦਾ, ਅਤੇ ਸਾਰੇ ਮਤਲਬ ਕਿ ਬੱਚਿਆਂ ਦੀ ਐਕਟੀਵਿਟੀਜ਼ ਸਾਰੇ ਪਾਸੇ ਖੇਡਾਂ ਵਿੱਚ ਵੀ ਲਿਆ ਰਹੇ ਨੇ ਜੀ, ਅਤੇ ਪੜ੍ਹਾਈ ਵੀ ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਚੇਂਜ ਆ ਗਈ ਜੀ ਸਕੂਲ ਵਿੱਚ, ਬਹੁਤ ਵਧੀਆ ਪੜ੍ਹਾਈ ਹੋ ਗਈ, ਅਤੇ ਬੱਚਿਆਂ ਨੂੰ ਸਾਰੀ ਨੌਲੇਜ ਆਈ ਇੱਥੇ ਹੁਣ, ਵਧੀਆ ਪੜ੍ਹ ਰਹੇ ਨੇ ਜੀ ਸਾਡੇ ਬੱਚੇ। ਪ੍ਰਾਈਵੇਟ ਸਕੂਲਾਂ 'ਚ ਜੀ ਇੱਕ ਤਾਂ ਖਰਚਾ ਬਹੁਤ ਸੀਗਾ, ਅਸੀਂ ਇੰਨਾ ਖਰਚਾ ਕਰ ਨਹੀਂ ਸਕਦੇ ਜੀ, ਅਤੇ ਦੂਜਾ ਮਤਲਬ ਕਿ ਵੀ ਇਹ ਆ ਵੀ ਇੱਥੇ ਵੀ ਸਾਰੀ ਸਹੂਲਤ ਵੀ ਪ੍ਰਾਈਵੇਟ ਵਾਲੀ ਹੋਈ ਵਧੀਆ ਹੈ ਸਾਰਾ,
ਵਧੀਆ ਪੜ੍ਹਾਉਂਦੇ ਆ, ਟੀਚਰ ਬਹੁਤ ਵਧੀਆ ਨੇ ਜੀ, ਅਤੇ ਸਕੂਲ ਬਹੁਤ ਵਧੀਆ ਸੀ, ਅਤੇ ਬੱਚੇ ਵੀ ਸਾਡੇ ਬਹੁਤ ਵਧੀਆ ਪੜ੍ਹਦੇ ਨੇ ਜੀ ਇੱਥੇ, ਅਤੇ ਟੀਚਰ ਵੀ ਬਹੁਤ ਵਧੀਆ ਮਤਲਬ ਪੜ੍ਹਾਈ ਵਧੀਆ ਕਰਾਉਂਦੇ ਨੇ ਜੀ ਸਾਨੂੰ, ਕੋਈ ਵੀ ਚੀਜ਼ 'ਚ ਸਾਨੂੰ ਮਤਲਬ ਕਿ ਜ਼ੋਰ ਨਹੀਂ ਪਾਉਂਦੇ ਹੈਗੇ ਵੀ ਹਾਂ ਤੁਸੀਂ ਆਹ ਫੰਡ ਲਿਆਓ ਫਲਾਉਣਾ ਉਹਨਾਂ ਟਿਮ ਕਰੋ ਐਕਣਾ, ਮਤਲਬ ਸਾਡੇ ਬੱਚੇ ਬਹੁਤ ਵਧੀਆ ਪੜ੍ਹਦੇ ਆ ਟੀਚਰਾਂ ਕੋਲ, ਸਰ ਵੀ ਬਹੁਤ ਵਧੀਆ ਨੇ, ਪ੍ਰਿੰਸੀਪਲ ਸਰ ਸਾਡੇ ਸਰ ਬਹੁਤ ਵਧੀਆ ਨੇ ਜੀ, ਵਧੀਆ ਪੜ੍ਹਾਉਂਦੇ ਨੇ, ਪੜ੍ਹਦੀਆਂ ਸਾਰੀਆਂ ਵਧੀਆ ਵੀ ਪੜ੍ਹਦੀਆਂ ਮਿਲਦੀਆਂ ਨੇ ਸਰ, ਮਤਲਬ ਕਿਤਾਬਾਂ ਸਾਰੀਆਂ ਫ੍ਰੀ ਮਿਲਦੀਆਂ ਨੇ ਜੀ ਸਾਨੂੰ, ਕਦੇ ਵੀ ਸਰਾਂ ਨੇ ਸਾਨੂੰ ਸਾਥ ਦਿੱਤਾ ਜੀ, ਮਤਲਬ ਸਾਨੂੰ ਮਤਲਬ ਹਰ ਇੱਕ ਚੀਜ਼ 'ਚ, ਅਸੀਂ ਕਦੇ ਵੀ ਐਂ ਨਹੀਂ ਸੋਚਿਆ ਹੈਗਾ ਵੀ ਸਾਨੂੰ ਹੁਣ ਵੀ ਇੰਨੇ ਪੈਸੇ ਦੇਣੇ ਪੈਣਗੇ ਇੱਥੇ ਜਾਂ ਸਾਨੂੰ ਬੁੱਕਸਾਂ ਲੈ ਕੇ ਦੇਣੀਆਂ ਪੈਣਗੀਆਂ, ਸਾਨੂੰ ਸਾਰਾ ਕੁਛ ਫ੍ਰੀ ਹੁੰਦਾ। ਲਾਈਵ ਤੇਜ਼ ਚੈਨਲ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਲਵਾਣਾ ਦੀ ਵਿਸ਼ੇਸ਼ ਰਿਪੋਰਟ।